ਅਸੀਂ ਮੰਡੀ ਰਾਜੋਕੇ ਦੇ ਸਮੂਹ ਆੜਤੀ ਅੱਜ ਮੰਡੀ ਵਿੱਚ ਇਕੱਠੇ ਹੋਏ ਆ। ਸਾਡੀ ਮੰਡੀ ਦੇ ਵਿੱਚ ਝੋਨੇ ਦੀ ਆਮਦ ਬਹੁਤ ਤੇਜ਼ੀ ਨਾਲ ਸ਼ੁਰੂ ਹੋਈ। 16 ਤਰੀਕ ਨੂੰ ਖਰੀਦ ਹੋਈ ਤੇ ਤਕਰੀਬਨ 30,000 ਜਿਹੜਾ ਬੈਗ ਆ ਮੰਡੀ ਦੇ ਵਿੱਚ ਭਰਿਆ ਪਿਆ ਵਾ, ਜਿਹਦੇ ਵਿੱਚੋਂ ਸ਼ਾਇਦ 1-2 ਗੱਡੀਆਂ ਪੈਣ ਦਾ ਪਵੇ। 1500-1600 ਬੈਗ ਜਿਹੜਾ ਉਹ ਲਿਫਟ ਕੀਤਾ ਤੇ ਉਹ ਵੀ ਕੀਤਾ ਕੁਆਲਿਟੀ 14। ਝੋਨਾ ਜਿਹੜਾ ਵਾ ਬਹੁਤ ਕੁਆਲਿਟੀ ਦਾ ਵਾ, ਸੁੱਕਾ ਵਾ, ਕੋਈ ਵੀ ਢੇਰ ਜਿਹੜੀ ਆ 17 ਮੋਰਚੇ ਤੋਂ ਵੱਧ ਨਹੀਂ ਗਾ, 15-16-14 ਤੱਕ ਵੀ ਹੈਗਾ ਵਾ। ਪਰ ਜਿਹੜੀ ਇਹ ਸਥਿਤੀ ਬਣਦੀ ਜਾ ਰਹੀ ਆ, ਕਿਸਾਨ ਕਹਿ ਰਹੇ ਆ ਕਿ ਤੁਸੀਂ ਸਾਡਾ ਮਾਲ ਭਰੋ, ਪਰ ਜੇ ਅਸੀਂ ਮਾਲ ਭਰਦਿਆਂ ਤੇ ਮਾਲ ਨੂੰ ਚੁੱਕਣ ਨੂੰ ਸ਼ੈਲਡਰ ਵਾਲੇ ਤਿਆਰ ਨਹੀਂ ਆ ਤੇ ਜਦੋਂ ਇਹਦੇ ਚੱਕੇ ਲੱਗ ਗਏ ਮਾਲ ਖਰਾਬ ਹੋ ਜਾਣਾ ਵਾ। ਪਿਛਲੀ ਵਾਰ ਮਾਲ ਖਰਾਬ ਹੋਣ ਦੇ ਕਾਰਨ ਸਾਡੇ ਆੜਤੀ ਭਰਾਵਾਂ ਨੇ ਸਾਨੂੰ 15-15 ਲੱਖ, 20-20 ਲੱਖ ਰੁਪਈਆ ਠੋਕਿਆ ਵਾ। ਤੇ ਇਸ ਵੇਲੇ ਜਿਹੜੀਆਂ ਸ਼ੈਲਡਰ ਵਾਲਿਆਂ ਪਾਸੋਂ ਜਿਹੜੀਆਂ ਗੱਲਾਂ ਆ ਰਹੀਆਂ ਸੁਣਨ ਦੇ ਵਿੱਚ, ਉਹ ਬਹੁਤੀਆਂ ਚੰਗੀਆਂ ਨਹੀਂ ਆ ਰਹੀਆਂ। ਉਹ ਕੁਛ ਨਾ ਕੁਛ ਹੋਰ ਹੀ ਤਰੀਕੇ ਨਾਲ ਪੁੱਠੀਆਂ ਸਿੱਧੀਆਂ ਜਿਹੀਆਂ ਗੱਲਾਂ ਸਾਨੂੰ ਸੁਣਾਉਂਦੇ ਆ ਕਿ ਮੰਡੀ 'ਚ ਅਸੀਂ ਆਈਏ, ਕੀ ਕਰੋਗੇ, ਕਿਵੇਂ ਕਰੋਗੇ। ਅਸੀਂ ਕਿਸਾਨ ਵੀਰਾਂ ਨੂੰ ਇਹ ਬੇਨਤੀ ਕਰਦੇ ਹਾਂ ਕਿ ਸਾਡਾ ਸਾਥ ਦਿਓ, ਆਪਾਂ ਕੁਝ ਨਾ ਕੁਝ ਸਖ਼ਤ ਕਦਮ ਚੁੱਕੀਏ ਤਾਂ ਕਿ ਜਿਹੜੇ ਸ਼ੈਲਡਰਾਂ ਵਾਲਿਆਂ ਨੂੰ ਸਰਕਾਰ ਉਹਨਾਂ ਦੇ ਉੱਤੇ ਜੋ ਵੀ ਉਹਨਾਂ ਨਾਲ ਸੰਧੀ ਕਰਨੀ, ਉਹਨਾਂ ਦਾ ਫੈਸਲਾ ਕਰਨਾ, ਜੋ ਹੱਕ ਮੰਗਦੇ ਆ ਸਰਕਾਰ ਉਹਨਾਂ ਨੂੰ ਦੇਵੇ, ਤਾਂ ਕਿ ਸਾਡਾ ਮਾਲ ਖਰੀਦਿਆ ਹੋਇਆ ਮੰਡੀਆਂ 'ਚੋਂ ਚੁੱਕਿਆ ਜਾਵੇ, ਸਾਡਾ ਕਿਸਾਨ ਵੀਰ ਨਾ ਰੋਲੇ। ਅਸੀਂ ਪ੍ਰਸ਼ਾਸਨ ਕੋਲੋਂ ਇਹ ਮੰਗ ਕਰਦੇ, ਨਹੀਂ ਤਾਂ 1-2 ਦਿਨਾਂ ਦੇ ਵਿੱਚ ਜਿਹੜੇ ਹਾਲਾਤ ਜਿਹੜੇ ਆ ਉਹ ਬੇਕਾਬੂ ਹੋ ਜਾਣਗੇ ਤੇ ਫਿਰ ਸਰਕਾਰ ਨੂੰ ਫਿਰ ਬਹੁਤ ਜਿਹੜੀ ਆ ਉਹ ਹੱਥਾਂ ਪੈਰਾਂ ਦੀ ਪੈ ਜਾਣੀ ਆ। ਉਹ ਸਾਡੇ ਤੋਂ ਫਿਰ ਕੰਟਰੋਲ ਤੋਂ ਗੱਲ ਜਿਹੜੀ ਆ ਉਹ ਬਾਹਰ ਹੋ ਜਾਂਦੀ ਆ। ਕਿਸਾਨ ਜਥੇਬੰਦੀਆਂ ਸਾਡੇ 'ਤੇ ਦਬਾਅ ਬਣਾ ਰਹੀਆਂ, ਉਹੀ ਸੱਚੇ ਆ। ਜਦੋਂ ਉਹਨਾਂ ਦੇ ਮਾਲ ਮੰਡੀਆਂ 'ਚ ਸੁੱਕੇ ਆਏ ਆ, ਮਾਲ 'ਚ ਕੋਈ ਕਮੀ ਨਹੀਂ, ਫਿਰ ਮਾਲ ਵਿਕਣਾ ਚਾਹੀਦਾ, ਜੇ ਮਾਲ ਵਿਕਦਾ ਫਿਰ ਉਹਨੂੰ ਚੁੱਕਣਾ ਵੀ ਚਾਹੀਦਾ। ਅਸੀਂ ਫਿਰ ਦੁਬਾਰਾ ਪ੍ਰਸ਼ਾਸਨ ਨੂੰ ਇਹ ਬੇਨਤੀ ਕਰਦੇ ਹਾਂ ਕਿ ਜਿਹੜਾ ਸਾਡਾ ਮਾਲ ਖਰੀਦਿਆ ਹੋਇਆ ਵਾ ਏਜੰਸੀਆਂ ਨੇ, ਉਹ ਸ਼ੈਲਰ ਵਾਲਿਆਂ ਨੂੰ ਜਲਦੀ ਤੋਂ ਜਲਦੀ ਲਿਫਟ ਕਰਾਉਣ। ਜੇ ਨਹੀਂ ਉਹ ਕਰਾਉਂਦੇ ਤਾਂ ਫਿਰ 1-2 ਦਿਨ ਦੇ ਵਿੱਚ ਜਿਹੜਾ ਵਾ ਉਹ ਕਾਨੂੰਨ ਦੀ ਜਿਹੜੀ ਆ ਉਹ ਆਪਣੇ ਭੰਗ ਹੋ ਸਕਦਾ ਵਾ, ਲੋਕ ਸੜਕਾਂ 'ਤੇ ਆ ਸਕਦੇ ਆ। ਇੰਨੀਆਂ ਬੇਨਤੀਆਂ ਨਾਲ ਮੈਂ ਸਾਰੇ ਕਿਸਾਨ ਵੀਰਾਂ ਦਾ, ਆੜ੍ਹਤੀ ਵੀਰਾਂ ਦੇ, ਪੱਲੇਦਾਰਾਂ ਦਾ ਬਹੁਤ ਬਹੁਤ ਧੰਨਵਾਦ ਜੀ।